ਇਬਰਾਨੀਆਂ ਨੂੰ ਅਧਿਆਇ 9 ਸੋ ਪਹਿਲੇ ਨੇਮ ਵਿੱਚ ਵੀ ਬੰਦਗੀ ਦੀਆਂ ਵਿਧੀਆਂ ਅਤੇ ਇੱਕ ਸੰਸਾਰਕ ਪਵਿੱਤਰ ਸਥਾਨ ਹੈ ਸੀ ਕਿਉਂਕਿ ਇੱਕ ਤੰਬੂ ਬਣਾਇਆ ਗਿਆ ਅਰਥਾਤ ਪਹਿਲਾ ਜਿਹਦੇ ਵਿੱਚ ਸ਼ਮਾਦਾਨ ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ ਇਹ ਪਵਿੱਤਰ ਸਥਾਨ ਸੁਦਾਉਂਦਾ ਹੈ ਅਤੇ ਦੂਏ ਪਰਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਅਤ ਪਵਿੱਤਰ ਸਥਾਨ ਸੁਦਾਉਂਦਾ ਹੈ ਜਿਹਦੇ ਵਿੱਚ ਤੂਪ ਤਖਾਉਣ ਦੀ ਸੁਨਹਿਰੀ ਜਗਵੇਦੀ ਸੀ ਅਤੇ ਨੀਮ ਦਾ ਸੰਦੂਕ ਜਿਹੜਾ ਆਲੇ ਦੁਆਲੇ ਸੋਨੇ ਨਾਲ ਮੜਿਆ ਹੋਇਆ ਸੀ ਜਿਸ ਵਿੱਚ ਮਰਨ ਦਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਰੂਨ ਦੀ ਛਿਟੀ ਜਿਸ ਵਿੱਚੋਂ ਲਗਰਾਂ ਫੁੱਟ ਨਿਕਲੀਆਂ ਅਤੇ ਨੀਮ ਦੀਆਂ ਪੱਟੀਆਂ ਸਨ ਅਤੇ ਉਹਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਚੀਨਤਾ ਤੇ ਛਾਇਆ ਕੀਤੀ ਹੋਈ ਸੀ ਜਿੰਨਾਂ ਅਵਸਥਾਂ ਦੇ ਇੱਕ ਇੱਕ ਕਰਕੇ ਬਿਆਨ ਕਰਨ ਦਾ ਹੁਣ ਵੇੜਾ ਨਹੀਂ ਸੋ ਜਾਂ ਇਹ ਅਵਸਥਾ ਇਉਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਤੰਬੂ ਦੇ ਅੰਦਰ ਜਾਜਕ ਨਿਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ ਪਰ ਦੂਰ ਦੇ ਅੰਦਰ ਇੱਕ ਅੱਲਾ ਪ੍ਰধান ਜਾਜਕ ਵਰੇ ਦਿਨਾਂ ਪਿਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਿਨਾਂ ਨਹੀਂ ਜਿਨ ਆਪਣੀਆਂ ਅਤੇ ਪ੍ਰਜਾ ਦੀਆਂ ਭੁੱਲ ਚੁੱਕਾਂ ਲਈ ਚੜਾਉਂਦਾ ਸੀ ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਪਈ ਪਵਿੱਤਰ ਸਥਾਨਾਂ ਦਾ ਰਾਹ ਅਜੇ ਖੁੱਲਾ ਨਹੀਂ ਸੀ ਹੋਇਆ ਜਿੰਨਾ ਚਿਰ ਪਹਿਲਾ ਡੇਰਾ ਖਲੋਤਾ ਸੀ ਜਿਹੜਾ ਇਸ ਵਰਤਮਾਨ ਸਮੇਂ ਲਈ ਇੱਕ ਦਿਸਟਾਂਟ ਹੈ ਜਿਦੇ ਅਨੁਸਾਰ ਇਹੋ ਜਿਹੇ ਭੇਟਾਂ ਅਤੇ ਬਲੀਦਾਨ ਚੜ੍ਹ ਜਾਂਦੇ ਸਨ ਜੋ ਭਜਨ ਕਰਨ ਵਾਲੇ ਦੇ ਅੰਤ ਕਰਨ ਨੂੰ ਕਾਬਿਲ ਨਹੀਂ ਕਰ ਸਕਦੇ ਇਹ ਖਾਣ ਪੀਣ ਅਤੇ ਭਾਂਤ ਭਾਂਤ ਦੇ ਅਸ਼ਨਾਨਾ ਸਣੇ ਨੀਰੀਆਂ ਸਰੀਰਕ ਵਿਧੀਆਂ ਹਨ ਜਿਹੜੀਆਂ ਸੁਧਾਰਨ ਦੇ ਸਮੇਂ ਤੇ ਠਰਾਈਆਂ ਗਈਆਂ ਸਨ ਪਰ ਜਦ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ ਉਹ ਬੱਕਰੀਆਂ ਅਤੇ ਬੱਚਿਆਂ ਦੇ ਲਹੂ ਦੇ ਰਾਹੀਂ ਸਗੋ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾ ਦੇ ਅੰਦਰ ਸਦੀਪਕ ਨਿਸ਼ਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਕਿਉਂਕਿ ਜੇ ਬੱਕਰੀਆਂ ਅਤੇ ਵੈੜਿਆਂ ਦਾ ਲਹੂ ਅਤੇ ਵੈੜ ਦੀ ਸੁਹਾ ਜਿਹੜੀ ਪ੍ਰਸ਼ਟਾ ਉਤੇ ਢੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਜੇ ਅੱਗੇ ਚੜਾਇਆ ਅਤੇ ਅੰਤਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਤੋਈ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ ਇਸੇ ਕਾਰਨ ਉਹ ਨਵੇਂ ਨਿਯਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨਿਯਮ ਦੀ ਅਪਰਾਧਾਂ ਤੋਂ ਛਡਾਉਂਦੀ ਹੈ ਤੋਈ ਉਹ ਜਿਹੜੇ ਸਦੇ ਹੋਏ ਹਨ ਸਦੀਪ ਕਾਲ ਦੇ ਵਿਰਸੇ ਦੇ ਵਾਜੇ ਨੂੰ ਪ੍ਰਾਪਤ ਕਰਨ ਜਿੱਥੇ ਵਸੀਅਤ ਹੈ ਉੱਥੇ ਉਹਦੇ ਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ ਕਿਉਂਕਿ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਇਸ ਕਰਕੇ ਪਹਿਲਾ ਨਿਯਮ ਵੀ ਲਹੂ ਬਿਨਾ ਨਹੀਂ ਕੀਤਾ ਗਿਆ ਕਿਉਂਕਿ ਜਾਂ موسی ਅਸ਼ਰਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਹਟਿਆ ਤਾਂ ਬੱਚਿਆਂ ਅਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਕਿਰਮਚੀ ਉਨ ਅਤੇ ਜੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰੇ ਲੋਕਾਂ ਉੱਤੇ ਛਿੜਕ ਕੇ ਆਖਿਆ ਭਈ ਇਹ ਉਸ ਨਿਯਮ ਦਾ ਲਹੂ ਹੈ ਜਿਦਾ ਪਰਮਿਸ਼ਨ ਨੇ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਇਸੇ ਤਰ੍ਹਾਂ ਉਹਨੇ ਤੰਬੂ ਉੱਤੇ ਅਤੇ ਸੇਵਕਾਈ ਦੀ ਸਾਰੀ ਸਮੱਗਰੀ ਉੱਤੇ ਲਹੂ ਛਿੜਕਿਆ। ਅਤੇ ਸ਼ਰਧ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫੀ ਨਹੀਂ ਹੁੰਦੀ। ਸੋ ਅਵਸ਼ ਸੀ ਪਈ ਸੁਰਗੀ ਵਿੱਚ ਲਿਆ ਵਸਤਾਂ ਦੇ ਨਮੂਨੇ ਇਹਨਾਂ ਨਾਲ ਪਰ ਸੁਰਗੀ ਵਸਤਾਂ ਆਪ ਹੀ ਇਹਨਾਂ ਤੋਂ ਉਤਮ ਬਲਦਾਨਾਂ ਨਾਲ ਸ਼ੁੱਧ ਕੀਤੀਆਂ ਜਾਂਨ। ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ਰ ਦੇ ਸੰਮੁਖ ਪੇਸ਼ ਹੋਵੇ ਅਤੇ ਇਹ ਨਹੀਂ ਭਈ ਉਹ ਆਪਣੇ ਆਪ ਨੂੰ ਵਾਰ-ਵਾਰ ਚੜਾਵੇ ਜਿਵੇਂ ਪ੍ਰધાન ਜਾਜਕ ਪਵਿੱਤਰ ਸਥਾਨ ਦੇ ਅੰਦਰ ਵਰੇ ਦੇ ਵਰੇ ਦੂਜੇ ਦਾ ਲਹੂ ਲੈ ਕੇ ਜਾਂਦਾ ਹੁੰਦਾ ਸੀ ਇਹ ਉਹਨਾਂ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੁਗਟਣਾ ਪੈਂਦਾ ਪਰ ਹੁਣ ਯੁੱਗਾ ਦੇ ਅੰਤ ਵਿੱਚ ਉਹ ਇੱਕੋ ਵਾਰ ਪ੍ਰਗਟ ਹੋਇਆ ਭਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ ਅਤੇ ਜਿਵੇਂ ਮੁਰਖਾਂ ਲਈ ਇੱਕ ਵਾਰ ਮਰਨਾ ਠਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨ્યાਅ ਹੁੰਦਾ ਹੈ। ਜਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡਿਗਦੇ ਹਨ ਪਾਪ ਦੇ ਕੰਮ ਤੋਂ ਅੱਧ ਹੋ ਕੇ ਮੁਕਤੀ ਲਈ ਦੁਵੀਂ ਵਾਰ ਪ੍ਰਗਟ ਹੋਵੇਗਾ।